ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ। ਦਸਮ ਪਿਤਾ ਦੀ ਭਵਿੱਖ ਬਾਣੀ ਦੇ ਅਨੁਸਾਰ ਦੀਵਾਲੀ ਵਾਲੇ ਦਿਨ ਜਿਨ੍ਹਾਂ ਨੂੰ ਮਿਲਣਗੇ ਦੋ ਸੰਕੇਤ, ਉਹਨਾਂ ਲਈ ਨਵੇਂ ਸਾਲ ਮਿਲਣਗੀਆਂ ਵੱਡੀਆਂ ਹੀ ਖੁਸ਼ਖਬਰੀਆਂ। ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ। ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਦੇ ਨੇ ਕਿ ਸਿੱਖ ਨੇ ਹਮੇਸ਼ਾ ਹੀ ਆਨੰਦ ਦੇ ਵਿੱਚ ਰਹਿਣਾ ਹੈ। ਜਿਹਨੇ ਆਪਣੇ ਮਨ ਦਾ ਆਨੰਦ ਬਰਕਰਾਰ ਰੱਖਿਆ ਤੇ ਪਿਆਰਿਓ ਯਾਦ ਰੱਖਿਓ, ਉਹਨੇ ਦੁਨੀਆ ਦੀ ਹਰ ਇੱਕ ਖੁਸ਼ੀ ਪਾਈ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਲੋਕ ਐਵੇਂ ਰੌਲਾ ਪਾਉਂਦੇ ਨੇ, ਮੈਂ ਖੁਸ਼ ਹਾਂ, ਮੈਂ ਆਨੰਦ ਦੇ ਵਿੱਚ ਹਾਂ, ਮੇਰਾ ਆਨੰਦ ਉੱਥੇ ਹੈ, ਮੈਂ ਆਨੰਦ ਤੇ ਹੀ ਹੋ ਗਿਆ, ਮੈਂ ਇਹ ਹੋ ਗਿਆ। ਪਰ ਸਤਿਗੁਰ ਕਹਿੰਦੇ ਵੀ ਅਸਲੀ ਆਨੰਦ ਜਿਹੜਾ ਹੈ ਉਹ ਮੈਨੂੰ ਗੁਰੂ ਤੋਂ ਪ੍ਰਾਪਤ ਹੋਇਆ। ਉਹ ਕਿਹੜਾ ਆਨੰਦ ਹੈ? ਖੁਸ਼ੀ ਹੋਵੇ, ਗਮੀ ਹੋਵੇ ਤੇ ਪਿਆਰਿਓ ਇਹ ਮਨ ਜਿਹੜਾ ਹੈ ਉਹ ਆਨੰਦ ਦੇ ਵਿੱਚ ਹੀ ਰਹਿੰਦਾ ਹੈ। ਇੱਕ ਗੱਲ ਯਾਦ ਰੱਖਿਓ ਕਿ ਪਿਆਰਿਓ, ਨੋਟ ਵੀ ਕਰ ਲਿਓ, ਖੁਸ਼ੀ ਹੋਵੇ ਜਾਂ ਫਿਰ ਗਮੀ ਹੋਵੇ, ਆਨੰਦ ਸਾਹਿਬ ਦਾ ਪਾਠ ਕੀਤਾ ਹੀ ਜਾਂਦਾ ਹੈ। ਉਹਦਾ ਮਤਲਬ ਇਹ ਹੈ ਕਿ ਸਿੱਖਾ, ਖੁਸ਼ੀ ਆ ਜਾਏ ਭਾਵੇਂ ਗਮੀ ਆ ਜਾਏ, ਤੇਰੇ ਅੰਦਰਲਾ ਜਿਹੜਾ ਆਨੰਦ ਹੈ ਨਾ, ਉਹ ਆਨੰਦ ਫਿੱਕਾ ਨਹੀਂ ਪੈਣਾ ਚਾਹੀਦਾ। ਬਾਹਰਲੀ ਖੁਸ਼ੀ ਵੇਖ ਕੇ ਕਿਤੇ ਤੂੰ ਉਹਦੇ ਵਿੱਚ ਲੀਨ ਹੋ ਜਾਏ, ਤੂੰ ਇਹ ਨਾ ਕਰੀ ਤੇ ਬਾਹਰ ਉਹ ਗਮੀ ਦੇਖ ਕੇ ਉਹਦੇ ਵਿੱਚ ਕਿਤੇ ਤੂੰ ਡੋਬੀ ਨਾ ਜਾਈ, ਕਿਤੇ ਕਹਵੇਂ ਵੀ ਆਹ ਕੀ ਕਰਤਾ ਜੀ, ਉਹ ਹੋ ਗਿਆ। ਪਿਆਰਿਓ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਜੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਟਿੰਡ ਦਾ ਸਰਾਣਾ ਲਾ ਕੇ ਆ ਕੇ ਬੈਠ ਜਾਂਦੇ ਨੇ ਪਿਆਰਿਓ, ਤੇ ਯਾਦ ਰੱਖਿਓ ਅੰਦਰਲਾ ਆਨੰਦ ਫਿਰ ਵੀ ਬਰਕਰਾਰ ਹੈ। ਉਹ ਪਰਮਾਤਮਾ ਦਾ ਜਿਹੜਾ ਹੈ ਸਿਮਰਨ ਹੀ ਕਰਦੇ ਨੇ, ਸ਼ੁਕਰਾਨਾ ਹੀ ਕਰਦੇ ਨੇ, ਇਹ ਗੱਲ ਯਾਦ ਰੱਖਿਓ। ਮੈਂ ਬੇਨਤੀ ਕਰਾਂ, ਆਪ ਜੀ ਦਾ ਧਿਆਨ ਦਿਵਾਵਾਂ। ਪਿਆਰਿਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬੜੇ ਵੱਡੇ ਪੂਰਨੇ ਪਾਏ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਦੋ ਸੰਕੇਤ ਮਿਲਣਗੇ, ਕਿਹੜੇ? ਜਿਹੜੇ ਤੇ ਆਪਣੇ ਮਨ ਦੇ ਵਿੱਚ ਹੀ ਆਨੰਦ ਤਾਂ ਹੀ ਰਹਿਣਗੇ, ਜਿਹੜੇ ਇਸ ਗੱਲ ਨੂੰ ਜਾਣ ਲੈਣਗੇ ਕਿ ਮੇਰੇ ਗੁਰੂ ਤੋਂ ਹੀ ਮੈਨੂੰ ਆਨੰਦ ਮਿਲਣਾ ਹੈ, ਹੋਰ ਕੋਈ ਮੈਨੂੰ ਆਨੰਦ ਨਹੀਂ ਦੇ ਸਕਦਾ। ਔਰ ਦੂਜੀ ਗੱਲ ਪਿਆਰਿਓ, ਜਿਹੜੇ ਇਹ ਗੱਲ ਜਾਣ ਲੱਗੇ ਵੀ ਆਹ ਤੇ ਕੇਵਲ ਇੱਕ ਝੂਠਾ ਆਨੰਦ ਹੈ, ਝੂਠੀ ਖੁਸ਼ੀ ਹੈ, ਪਰ ਜਿਹੜੀ ਖੁਸ਼ੀ ਮੈਨੂੰ ਗੁਰੂ ਨਾਲ ਮਿਲ ਕੇ ਜੁੜ ਕੇ ਮਿਲਣੀ ਹੈ, ਉਹ ਖੁਸ਼ੀ ਦਾ ਜਿਹੜਾ ਹੈ ਟਿਕਾਣਾ ਕੋਈ ਨਹੀਂ ਹੋਣਾ। ਪਿਆਰਿਓ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋਏਗੀ, ਜਿਨ੍ਹਾਂ ਨੂੰ ਆਪਣੇ ਗੁਰੂ ਦਾ ਚੇਤਾ ਆਏਗਾ, ਉਹ ਸਭ ਤੋਂ ਵੱਡਾ ਸੰਕੇਤ ਹੈ। ਜਿਹੜੇ ਕਹਿਣਗੇ ਮੈਂ ਗੁਰੂ ਵਾਲਾ ਬਣ ਜਾ, ਉਹ ਸਭ ਤੋਂ ਵੱਡੀ ਕਿਰਪਾ ਹੋਏਗੀ। ਤੇ ਪਿਆਰਿਓ, ਯਾਦ ਰੱਖਿਓ ਉਹਨਾਂ ਲਈ ਖੁਸ਼ੀਆਂ ਖੇੜੇ ਸਦਾ ਬਰਕਰਾਰ ਜਿਹੜੇ ਗੁਰੂ ਦੇ ਬਣ ਜਾਣਗੇ, ਤੇ ਜਿਹੜੇ ਗੁਰੂ ਦੇ ਨਹੀਂ ਬਣਨਗੇ ਪਿਆਰਿਓ, ਉਹਨਾਂ ਲਈ ਤਾਂ ਫਿਰ ਝੰਝਟ ਝਮੇਲੇ ਸਭ ਕੁਝ ਖੜੀ ਹੋਏ ਨੇ, ਇਹਦੇ ਬਾਰੇ ਆਪਾਂ ਗੱਲ ਨਹੀਂ ਕਰ ਸਕਦੇ। ਔਰ ਦੂਜੀ ਗੱਲ ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਆਨੰਦ ਨੂੰ ਜਾਣਦੇ ਨੇ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲੇ ਆਨੰਦ ਨੂੰ ਜਾਣਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਉਸੇ ਆਨੰਦ ਤੋਂ ਸਾਨੂੰ ਜਾਣੂ ਕਰਵਾਉਂਦੇ ਨੇ। ਇਤਿਹਾਸ ਪੜ੍ਹਿਓ ਮਾਛੀਵਾੜੇ ਦੇ ਜੰਗਲਾਂ ਦਾ, ਇਤਿਹਾਸ ਪੜ੍ਹਿਓ ਨੂਰੇ ਮਾਹੀ ਦਾ, ਤੇ ਇਤਿਹਾਸ ਪੜ੍ਹਿਓ ਕਰੇ ਨਾਂਦੇੜ ਹਜ਼ੂਰ ਸਾਹਿਬ ਦਾ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਏਡੀ ਦੂਰ ਚਲੇ ਗਏ ਪਰ ਅੰਦਰਲਾ ਆਨੰਦ ਖਤਮ ਨਹੀਂ ਹੋਇਆ। ਅੰਦਰਲਾ ਆਨੰਦ, ਕਿਉਂਕਿ ਉਹ ਆਨੰਦ ਗੁਰੂ ਤੋਂ ਮਿਲਿਆ, ਗੁਰੂ ਨਾਲ ਬਣੀ ਹੋਈ ਪ੍ਰੀਤ ਦੇ ਵਿੱਚ ਆਨੰਦ ਹੈ ਪਿਆਰਿਓ, ਫਿਰ ਉਹ ਆ ਦੁਨਿਆਵੀ ਚੀਜ਼ਾਂ ਦੇ ਵਿੱਚ ਰਲ ਕੇ ਮਿਕਸ ਨਹੀਂ ਹੁੰਦਾ। ਅੰਦਰਲਾ ਆਨੰਦ ਜਿਹੜਾ ਹਮੇਸ਼ਾ ਬਰਕਰਾਰ ਹੀ ਰਹਿੰਦਾ ਹੈ। ਆਪਾਂ ਕੋਸ਼ਿਸ਼ ਕਰੀਏ ਅੰਦਰਲਾ ਆਨੰਦ ਲਈਏ, ਅੰਦਰਲਾ ਆਨੰਦ ਗੁਰੂ ਤੋਂ ਮਿਲਣਾ,
ਤੇ ਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਝੋਲੀ ਫੈਲਾ ਕੇ ਆਪਾਂ ਗੁਰੂ ਤੋਂ ਮੰਗੀਏ ਤੇ ਸੱਚੇ ਪਾਤਸ਼ਾਹ ਨੇ ਉਹ ਆਨੰਦ ਦੀ ਬਖਸ਼ਿਸ਼ ਸਾਨੂੰ ਕਰ ਦੇਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।